ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ 125ਵਾਂ ਜਨਮ ਦਿਹਾੜਾ ਮਨਾ ਰਹੇ ਹਾਂ, ਜਿਹਦੇ ਵਿੱਚ ਅਸੀਂ ਅਗਲੀ ਜਦੋਂ ਪਿਛਲੀ ਵਾਰ ਤਾਂ ਅਸੀਂ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਘਰ ਵਿੱਚ ਅਖੰਡਪੁਰ ਸਾਹਿਬ ਪ੍ਰਕਾਸ਼ ਕਰਾ ਕੇ ਭੋਗ ਪਾਉਂਦੇ ਹਾਂ ਅਤੇ ਹੋਰ ਇਨਕਲਾਬੀ ਪ੍ਰੋਗਰਾਮ ਵੀ ਕਰਾਉਂਦੇ ਹਾਂ, ਪਰ ਇਸ ਵਾਰ ਅਸੀਂ ਸਿੰਪਲ ਰੱਖਿਆ ਪ੍ਰੋਗਰਾਮ ਕਰੋਨਾ ਮਹਾਂਮਾਰੀ ਕਰਕੇ। ਅਸੀਂ ਉਹਨਾਂ ਨੂੰ ਉਹਨਾਂ ਦਾ ਜਨਮਦਿਨ ਮਨਾਉਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਘਰ ਦੇ ਨੇੜੇ ਗੁਰੂ ਘਰ ਵਿੱਚ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ, ਅਤੇ ਉਸ ਤੋਂ ਉਪਰੰਤ ਜੋ ਵੀ ਉਹਨਾਂ ਲਈ ਛੋਟਾ ਮੋਟਾ ਪ੍ਰੋਗਰਾਮ ਕੀਤਾ ਜਾਵੇਗਾ ਇਨਕਲਾਬੀ, ਅਤੇ ਸਿੰਪਲ ਰੱਖਿਆ ਜਾਵੇਗਾ ਇਸ ਵਾਰ ਪ੍ਰੋਗਰਾਮ। ਅਤੇ ਅਸੀਂ ਸਰਾਭਾ ਜੀ ਦੇ ਬੁੱਤ 'ਤੇ ਜਿਹਨਾਂ ਨੂੰ ਲਾਇਆ ਹੋਇਆ ਸਟੈਚੂ ਉੱਥੇ ਹਾਰ ਫੁੱਲ ਮਾਲਾਵਾਂ ਭੇਟ ਕਰਦੇ ਹਾਂ, ਅਤੇ ਹੋਰ ਵੀ ਜੋ ਲੀਡਰ ਆਉਂਦੇ ਨੇ ਜਾਂ ਹੋਰ ਇਨਕਲਾਬੀ ਬੰਦੇ ਹੋਰ ਵੀ ਆਉਂਦੇ ਨੇ ਅਤੇ ਉੱਥੇ ਪ੍ਰੋਗਰਾਮ ਕਰਦੇ ਨੇ। ਜਨਮ ਦਿਹਾੜੇ ਲਈ ਕੋਈ ਸਰਕਾਰ ਵੱਲੋਂ ਜਾਂ ਕੋਈ NRI ਵੀਰਾਂ ਵੱਲੋਂ ਕੋਈ ਸਹਾਇਤਾ ਮਿਲਦੀ ਹੈ? ਮੈਂ ਜੀ, ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ, NRI ਵੀਰਾਂ ਵੱਲੋਂ ਬਹੁਤ ਸਹਾਇਤਾ ਵਾ। ਜੋ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਉਹ ਸਿਰਫ NRI ਵੀਰਾਂ ਕਰਕੇ ਹੀ ਚੱਲ ਰਿਹਾ, ਉਹਨਾਂ ਦਾ ਹੀ ਯੋਗਦਾਨ ਆ। ਜੋ ਪਿੰਡ ਦੇ ਵਿੱਚ ਜੋ ਕੁਛ ਬਣਿਆ ਤੁਸੀਂ ਦੇਖ ਰਹੇ ਹੋ, ਗਰਾਊਂਡਾਂ ਜੋ ਬਣ ਰਿਹਾ ਸਿਰਫ NRI ਵੀਰਾਂ ਕਰਕੇ ਹੈ। ਜਿਹੜੀ ਇਹ ਯਾਦਗਾਰ ਆ, ਇਹ ਯਾਦਗਾਰ ਕਿਹੜੀ ਸਰਕਾਰ ਨੇ ਬਣਾਈ ਔਰ ਕਿੰਨੇ ਕੁ ਏਰੀਏ 'ਚ? ਮੈਂ ਜੀ, ਇਹ ਯਾਦਗਾਰ ਅਕਾਲੀ ਗੌਰਮੈਂਟ ਮੌਕੇ ਬਣੀ ਆ, ਅਤੇ ਇਹ ਤਕਰੀਬਨ 4 ਏਕੜ ਦੇ ਵਿੱਚ ਬਣੀ ਹੋਈ ਆ, ਅਤੇ ਇਹ ਅਕਾਲੀ ਗੌਰਮੈਂਟ ਮੌਕੇ ਬਣੀ ਸੀ। ਅਤੇ ਇਹਦਾ ਜਿਹੜਾ ਰੱਖ ਰਖਾਵ ਮੇਨਟੇਨ ਕਿਹਦੇ ਵੱਲੋਂ ਕੀਤਾ ਜਾਂਦਾ? ਇਹ ਸ਼ਹੀਦ ਕਰਤਾਰ ਸਿੰਘ ਸਪੋਰਟਸ ਕਲੱਬ ਜੋ ਸਾਡਾ ਬਣਿਆ ਆ ਉਹਦੇ ਵੱਲੋਂ ਕੀਤਾ ਜਾਂਦਾ ਸਾਰਾ ਪ੍ਰੋਗਰਾਮ। ਮਤਲਬ ਸਰਕਾਰ ਵੱਲੋਂ ਇਹਦੇ ਲਈ ਕੋਈ ਵੀ ਨਹੀਂ? ਸਰਕਾਰ ਵੱਲੋਂ ਇੱਕ ਵਾਰ ਇਸ ਵਾਰ ਥੋੜ੍ਹੇ ਜਿਹੇ ਥੋੜ੍ਹੀ ਗ੍ਰਾਂਟ ਆਈ ਸੀ ਮੌਕੇ ਲਈ ਸਰਕਾਰ ਵੱਲੋਂ, ਅਤੇ ਥੋੜ੍ਹਾ ਕੰਮ ਉਹਨਾਂ ਨੇ ਮੈਂਟੇਨੈਂਸ ਦਾ ਕੀਤਾ, ਅਤੇ ਬਾਕੀ ਹਲੇ ਪੈਂਡਿੰਗ ਆ ਜੀ। ਕੀ ਕਹਿਣਾ ਚਾਹੋਗੇ ਇਸ ਮੌਕੇ ਜੋ 125ਵਾਂ ਜਨਮ ਦਿਹਾੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਆ ਰਿਹਾ, ਜਿੰਨਾ ਛੋਟੀ ਉਮਰ 'ਚ ਕੁਰਬਾਨੀ ਕੀਤੀ ਆ? ਬਿਲਕੁਲ ਜੀ, ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ, ਜਿੰਨਾ ਵਾ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ, ਪਰ ਬਹੁਤ ਲੋਕ ਭੁੱਲ ਰਹੇ ਨੇ, ਯਾਦ ਨਹੀਂ ਕਰਦੇ। ਲੀਡਰਾਂ ਨੂੰ ਵੀ ਸੋਚਣਾ ਚਾਹੀਦਾ ਵੀ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ, ਪਰ ਲੀਡਰ ਯਾਦ ਘੱਟ ਰੱਖਦੇ ਨੇ। ਪਰ ਸਾਡਾ ਤਾਂ ਇਹੀ ਕਹਿਣਾ ਵੀ ਸਾਰੇ ਯਾਦ ਰੱਖੋ ਉਹਨਾਂ ਦੇ, ਜੋ ਉਹਨਾਂ ਦੇ ਪਾਏ ਪੂਰ ਨੇ ਉਹਨਾਂ ਦੇ ਚੱਲਣ ਸਾਰੇ। ਪਿਛਲੀ ਵਾਰ ਸਰਕਾਰ ਵੱਲੋਂ, ਪੰਜਾਬ ਸਰਕਾਰ ਵੱਲੋਂ ਇਸ ਰੋਡ ਦਾ ਨਾਂ ਸੀ ਕਰਤਾਰ ਸਿੰਘ ਸਰਾਭਾ ਜੀ ਦੇ ਨਾਂ 'ਤੇ ਰੱਖਿਆ ਗਿਆ ਸੀ, ਪਰ ਜੋ ਇਹਦੀ ਹਾਲਾਤ ਆ, ਜਰਜਰ ਹਾਲਤ ਆ, ਖੱਡੇ ਬਣੇ ਹੋਏ ਨੇ, ਉਹਨੂੰ ਦੇਖ ਕੇ ਤੁਸੀਂ ਕੀ ਕਹਿ ਰਹੇ? ਦੇਖੋ ਜੀ, ਅਸੀਂ ਜੋ ਉਹਨਾਂ ਨੇ ਸਰਕਾਰ ਨੇ ਨਾਂ ਰੱਖਿਆ ਉਹਦਾ ਧੰਨਵਾਦ ਕਰਦੇ ਹਾਂ ਸਰਕਾਰ ਦਾ, ਪਰ ਜੋ ਸੜਕ ਦੀ ਹਾਲਤ ਆ ਉਹਦੇ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ, ਕਿਉਂਕਿ ਹਾਲਤ ਬਹੁਤ ਮਾੜੀ ਆ। ਕਿਉਂਕਿ ਸਰਾਭਾ ਜੀ ਦੇ ਨਾਂ 'ਤੇ ਸੜਕ ਹੋਵੇ ਪਰ ਹਾਲਤ ਇਹੋ ਜਿਹੀ ਹੋਵੇ, ਉਹ ਠੀਕ ਨਹੀਂ ਲੱਗਦਾ।